ਸਤਿ ਸ਼੍ਰੀ ਅਕਾਲ ਜੀ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਦੇਸ਼ ਦੁਨੀਆ ਦੇ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਹੁਣ ਤੱਕ ਦੀਆਂ ਸਾਰੀਆਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਮੈਂ ਹਰਸ਼ਰਨ ਕੌਰ ਤੁਹਾਡੇ ਸਭ ਦੇ ਰੂਬਰੂ ਹਾਂ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਪਠਾਨਕੋਟ ਦਹਿਸ਼ਤਗਰਦੀ ਹਮਲੇ ਨੂੰ ਲੈ ਕੇ, ਜਿੱਥੇ ਕੇਂਦਰ ਤੇ ਸੂਬਾ ਸਰਕਾਰ ਇੱਕ ਦੂਸਰੇ ਦੀਆਂ ਏਜੰਸੀਆਂ ਦੀ ਲਾਪਰਵਾਹੀ ਦੇ ਇਲਜ਼ਾਮ ਲਗਾ ਰਹੀਆਂ ਨੇ। ਉੱਥੇ ਕੇਂਦਰ ਵੱਲੋਂ ਸੂਬਾ ਸਰਕਾਰ ਨੂੰ ਪਠਾਨਕੋਟ ਆਪਰੇਸ਼ਨ ਤੇ ਆਏ ਖਰਚ ਨੂੰ ਦੇਣ ਦੇ ਮਸਲੇ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਪਠਾਨਕੋਟ ਤੇ ਹੋਇਆ ਦਹਿਸ਼ਤਗਰਦੀ ਹਮਲਾ ਕੀ ਦੇਸ਼ ਤੇ ਹਮਲਾ ਸੀ ਜਾਂ ਫਿਰ ਸਿਰਫ ਪੰਜਾਬ ਤੇ? ਇਹ ਸਵਾਲ ਇਸ ਲਈ ਖੜਾ ਹੋ ਰਿਹਾ ਕਿਉਂਕਿ ਸੂਤਰਾਂ ਦੇ ਮੁਤਾਬਕ ਕੇਂਦਰੀ ਗ੍ਰਹਿ ਮੰਤਰਾਲੇ ਨੇ ਪਠਾਨਕੋਟ ਆਪਰੇਸ਼ਨ ਤੇ ਹੋਏ ਖਰਚੇ ਦੀ ਵਸੂਲੀ ਲਈ ਇੱਕ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ ਹੈ, ਜਿਸ ਵਿੱਚ ਆਪਰੇਸ਼ਨ ਤੇ ਖਰਚ ਹੋਏ 12 ਕਰੋੜ ਰੁਪਏ ਦੀ ਮੰਗ ਕੀਤੀ ਗਈ ਹੈ। ਪਠਾਨਕੋਟ ਵਿੱਚ 20 ਦੇ ਕਰੀਬ ਕੇਂਦਰੀ ਸੁਰੱਖਿਆ ਦਸਤਿਆਂ ਦੀਆਂ ਕੰਪਨੀਆਂ ਆਈਆਂ ਸਨ, ਜਿਨ੍ਹਾਂ ਦਾ ਕੇਂਦਰ ਨੇ 6.50 ਕਰੋੜ ਦਾ ਖਰਚਾ ਮੰਗਿਆ। ਉਸ ਤੋਂ ਬਾਅਦ ਪੰਜਾਬ ਨੇ ਮੁੜ ਤੋਂ ਸੁਰੱਖਿਆ ਦਸਤਿਆਂ ਦੀ ਮੰਗ ਕੀਤੀ ਸੀ ਤੇ ਮੁੜ ਤੋਂ ਕੇਂਦਰ ਨੇ 12 ਕੰਪਨੀਆਂ ਪੰਜਾਬ ਭੇਜੀਆਂ ਸਨ, ਜੋ ਗੁਰਦਾਸਪੁਰ, ਅੰਮ੍ਰਿਤਸਰ ਅਤੇ ਪਠਾਨਕੋਟ 'ਚ ਤੈਨਾਤ ਕੀਤੀਆਂ ਗਈਆਂ ਸਨ ਅਤੇ ਇਹੀ ਕੰਪਨੀਆਂ 31 ਜਨਵਰੀ ਤੱਕ ਪੰਜਾਬ ਵਿੱਚ ਰਹੀਆਂ ਸਨ, ਪਰ ਇਹਨਾਂ ਦਾ ਵੀ ਕੇਂਦਰ ਨੇ ਵਕਤ ਤੋਂ 5.5 ਕਰੋੜ ਖਰਚ ਮੰਗਿਆ। ਹੁਣ ਸਵਾਲ ਇਹ ਉੱਠ ਰਿਹਾ ਕਿ ਦਹਿਸ਼ਤਗਰਦੀ ਖਿਲਾਫ ਲੜਾਈ ਸਿਰਫ ਪੰਜਾਬ ਦੀ ਹੈ? ਇਹ ਹਿੰਦੁਸਤਾਨ ਦੀ ਸੁਰੱਖਿਆ ਵਾਸਤੇ, ਦੇਸ਼ ਦੀ ਸੁਰੱਖਿਆ ਵਾਸਤੇ ਜਿਹੜਾ ਆ ਸਾਰੇ ਪ੍ਰਬੰਧ ਕੀਤੇ ਗਏ ਸੀ, ਔਰ ਮੈਂ ਤਾਂ ਇਹੀ ਭਾਰਤ ਸਰਕਾਰ ਨੂੰ ਬੇਨਤੀ ਕਰੂੰਗਾ ਕਿ ਉਹ ਇਹੋ ਜਿਹੇ ਫੈਸਲੇ ਲੈਣ ਲੱਗਿਆ 100 ਵਾਰਾਂ ਸੋਚਿਆ ਕਰੇ। ਦੇਖੋ ਜੀ, ਇਹ ਬਹੁਤ ਹੀ ਨੀਵੇਂ ਸਤਰ ਦੀ ਰਾਜਨੀਤੀ ਹੈ, ਕੋਈ ਨੈਸ਼ਨਲ ਇਸ਼ੂ ਹੈ ਇਹ? ਤੁਸੀਂ ਦੇਖੋ, ਜਿਹੜਾ ਤੁਸੀਂ 1000 ਕਰੋੜ ਰੁਪਈਆ ਕਰਜ਼ਾ ਲੈਣਾ, ਉਹਦਾ ਤਾਂ ਕਦੇ ਚਿੱਠੀ ਨਹੀਂ ਆਈ, ਅਤੇ 12 ਕਰੋੜ ਦੀ ਤੁਸੀਂ ਚਿੱਠੀ ਭੇਜਤੀ। ਇਹਨਾਂ ਦਾ ਰਿਸ਼ਤਾ ਤਾਂ ਇਹ ਕਹਿੰਦੇ ਵੀ ਉਹ ਆ ਵੀ ਤੈਨੂੰ ਤਾਪ ਚੜ੍ਹੇ ਮੈਂ ਆਊਂਗਾ, ਅਤੇ ਇਹ ਹੁਣ ਬਾਹਰ ਰੌਲਾ ਪਾਉਣ ਲੱਗ ਪਏ। ਹੁਣ ਤਾਂ ਜਨਤਾ ਸਾਹਬ ਮੰਗਦੀ ਹੈ ਨਾ, ਸਰਕਾਰ ਨੇ ਵੀ ਕਿਸੇ ਕਾਨੂੰਨ, ਕਿਸੇ ਐਗਰੀਮੈਂਟ ਤਹਿਤ ਹੀ ਬਿੱਲ ਭੇਜਿਆ ਹੋਣਾ। ਇਹ ਸਟੇਟ ਔਰ ਸੈਂਟਰ ਦੇ ਰਿਲੇਸ਼ਨਸ਼ਿਪ ਦੇ ਅੰਦਰ ਕੁਛ ਗੱਲਾਂ ਡਿਫਾਈਂਡ ਨੇ, ਉਹਨਾਂ ਡਿਫਾਈਂਡ ਗੱਲਾਂ ਦੇ ਤਹਿਤ ਹੀ ਇਹ ਬਿੱਲ ਆਇਆ ਹੋਣਾ। ਇਹ ਨਹੀਂ ਹੈ ਕਿ ਜਦ ਜਿਹਦੀ ਮਰਜ਼ੀ ਹੈ ਉਹ ਕਰ ਲਵੇ, ਨਾ ਸਟੇਟ ਇਹੋ ਜਿਹੀ ਮਰਜ਼ੀ ਕਰ ਸਕਦੀ, ਨਾ ਸੈਂਟਰ ਕਰ ਸਕਦੀ। ਵਾਧੂ ਬੋਝ ਪੰਜਾਬ ਦੇ ਉੱਤੇ ਪਾਉਣ ਦਾ ਯਤਨ ਕੀਤਾ ਗਿਆ ਹੈ। ਇਸ ਤੋਂ ਸਪਸ਼ਟ ਸੰਕੇਤ ਮਿਲਦੇ ਹਨ ਕਿ ਇਹ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਕਾਲੀ ਦਲ ਔਰ ਪੰਜਾਬ ਦੇ ਨਾਲ ਸੰਬੰਧ ਕੁਝ ਸੁਖਾਵੇਂ ਨਹੀਂ ਰੱਖਣਾ ਚਾਹੁੰਦੀ। ਦੱਸਣਯੋਗ ਹੈ ਕਿ ਦਿੱਲੀ ਤੋਂ ਚੰਡੀਗੜ੍ਹ ਪਹੁੰਚੇ ਪੱਤਰ ਨੇ ਪੰਜਾਬ ਸਰਕਾਰ ਦੀ ਫਿਕਰ ਵਧਾ ਦਿੱਤੀ ਹੈ ਅਤੇ ਨਾਲ ਹੀ ਉਹਨਾਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਦਿੱਤਾ ਹੈ। ਜਦ ਪੰਜਾਬ ਵਿੱਚ ਕਾਲਾ ਦੌਰ ਸੀ, ਉਦੋਂ ਵੀ ਕੇਂਦਰ ਨੇ ਪੰਜਾਬ ਤੇ 4700 ਕਰੋੜ ਰੁਪਏ ਦਾ ਬੋਝ ਪਾਇਆ ਸੀ ਅਤੇ ਉਹ ਮਾਫ਼ ਕਰਾਉਣ ਦੇ ਲਈ ਪੰਜਾਬ ਸਰਕਾਰ ਨੂੰ ਦਿੱਲੀ ਦੇ ਕਈ ਚੱਕਰ ਲਗਵਾਉਣੇ ਪਏ ਸਨ, ਜੋ ਕਿ ਹਾਲੇ ਤੱਕ ਜਾਰੀ ਨੇ, ਅਤੇ ਪੰਜਾਬ ਸਿਰ ਚੜੀ ਕਰਜ਼ੇ ਦੀ ਪੰਡ ਲਈ ਵੀ ਇਸੇ ਨੂੰ ਹੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਜਗਤਾਰ ਭੁੱਲਰ, ਜ਼ੀ ਮੀਡੀਆ, ਚੰਡੀਗੜ੍ਹ। ਦੱਸ ਦਈਏ ਕਿ ਪੰਜਾਬ ਕਾਂਗਰਸ ਦੇ ਕਪਤਾਨ ਕੈਪਟਨ ਅਮਰਿੰਦਰ ਸਿੰਘ ਅੱਜ ਆਪਣੇ ਪਾਰਲੀਮਾਨੀ ਹਲਕੇ ਅੰਮ੍ਰਿਤਸਰ ਜਾ ਰਹੇ ਨੇ। ਕੈਪਟਨ ਇੱਥੇ ਹਿੰਦੂ ਕਾਲਜ ਦੇ ਡਿਗਰੀ ਵੰਡ ਸਮਾਰੋਹ ਵਿੱਚ ਸ਼ਿਰਕਤ ਕਰਨਗੇ, ਵਿਦਿਆਰਥੀਆਂ ਨੂੰ ਡਿਗਰੀਆਂ ਵੰਡਣਗੇ ਕੈਪਟਨ ਅਮਰਿੰਦਰ ਸਿੰਘ ਤੇ ਵਿਦਿਆਰਥੀਆਂ ਦੇ ਨਾਲ ਸਵਾਲ ਜਵਾਬ ਵੀ ਹੋਣਗੇ। ਦੱਸ ਦਈਏ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਆਪਣੇ ਪਾਰਲੀਮਾਨੀ ਹਲਕੇ ਅੰਮ੍ਰਿਤਸਰ ਜਾ ਰਹੇ ਨੇ। ਕਰੀਬ 2 ਮਹੀਨਿਆਂ ਬਾਅਦ ਕੈਪਟਨ ਅਮਰਿੰਦਰ ਸਿੰਘ ਦਾ ਇਹ ਅੰਮ੍ਰਿਤਸਰ ਦਾ ਦੌਰਾ। ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਦੇ ਵਿੱਚ ਹੋਰ ਕਾਲਜ ਵਿੱਚ ਡਿਗਰੀ ਵੰਡ ਸਮਾਰੋਹ ਤੋਂ ਇਲਾਵਾ ਹੋਰ ਕੀ ਕੁਛ ਉਹਨਾਂ ਦੇ ਪ੍ਰੋਗਰਾਮ ਰਹਿਣ ਵਾਲੇ ਨੇ? ਜ਼ਿਆਦਾ ਜਾਣਕਾਰੀ ਲਈ ਮੇਰੇ ਸਹਿਯੋਗੀ ਰਾਜਨ ਗੁਸਾਈ ਸਾਡੇ ਨਾਲ ਜੁੜ ਚੁੱਕੇ ਨੇ। ਜੀ ਰਾਜਨ, ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਪਹੁੰਚ ਰਹੇ ਨੇ, ਡਿਗਰੀ ਵੰਡ ਸਮਾਰੋਹ ਤੋਂ ਇਲਾਵਾ ਹੋਰ ਕੀ ਕੁਛ ਉਹਨਾਂ ਦਾ ਪ੍ਰੋਗਰਾਮ ਅੱਜ ਰਹਿਣ ਵਾਲਾ ਹੈ? ਜੀ ਬਿਲਕੁਲ ਹਰਸ਼ਨ, ਅੱਜ ਕੈਪਟਨ ਅਮਰਿੰਦਰ ਸਿੰਘ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਜਿਹੜੇ ਪ੍ਰਧਾਨ ਨੇ, ਅੱਜ ਅੰਮ੍ਰਿਤਸਰ ਦੇ ਵਿੱਚ ਆਉਣਗੇ। ਉਹ ਕਰੀਬ 2 ਵਜੇ ਹਿੰਦੂ ਸਭਾ ਕਾਲਜ ਦੇ ਵਿੱਚ ਡਿਗਰੀ ਵੰਡ ਸਮਾਰੋਹ ਦੇ ਵਿੱਚ ਸ਼ਾਮਿਲ ਹੋਣਗੇ। ਉਹ ਛਾਤਰਾਂ ਨੂੰ ਜਿਹੜੇ ਹੈਗੇ ਨੇ ਇੱਥੇ, ਉਹ ਡਿਗਰੀਆਂ ਵੰਡਣਗੇ। ਉਸ ਤੋਂ ਬਾਅਦ ਇੰਟਰੈਕਸ਼ਨ ਜਿਹੜੀ ਹੈ ਸਟੂਡੈਂਟਸ ਦੇ ਨਾਲ ਕੀਤੀ ਜਾਏਗੀ। ਇਸ ਤੋਂ ਬਾਅਦ ਜਿਹੜਾ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ, ਜਿੱਥੇ ਉਹ ਮੀਡੀਆ ਦੇ ਰੂਬਰੂ ਹੋਣਗੇ, ਔਰ ਉਸ ਤੋਂ ਬਾਅਦ ਉਹ ਅੰਮ੍ਰਿਤਸਰ ਤੋਂ ਰਵਾਨਾ ਹੋ ਜਾਣਗੇ। ਦੱਸਿਆ ਜਾ ਰਿਹਾ ਕਿ ਜਲੰਧਰ ਦੇ ਵਿੱਚ ਇੱਕ ਮੀਟਿੰਗ ਹੈ ਸ਼ਾਮ ਨੂੰ ਕਾਂਗਰਸ ਲੀਡਰਸ ਦੀ, ਹਾਲਾਂਕਿ ਉਸ ਮੀਟਿੰਗ ਦੇ ਵਿੱਚ ਕਿਸੇ ਮੀਡੀਆ ਨੂੰ ਨਹੀਂ ਬੁਲਾਇਆ ਗਿਆ, ਮੀਡੀਆ ਕਵਰੇਜ ਨਹੀਂ ਕਰਵਾਉਣ ਦੀ ਅਜੇ ਤੱਕ ਗੱਲਾਂ ਕੀਤੀਆਂ ਜਾ ਰਹੀਆਂ, ਲੇਕਿਨ ਉਹ ਇੱਕ ਮੀਟਿੰਗ ਨੂੰ ਜਿਹੜੀ ਹੈ ਉੱਥੇ ਮੀਟਿੰਗ ਦੇ ਵਿੱਚ ਹਿੱਸਾ ਲੈਣਗੇ ਕਾਂਗਰਸੀ ਲੀਡਰਸ, ਉੱਥੇ ਹੋਣਗੇ ਜਿੱਥੇ ਚੋਣਾਂ ਨੂੰ ਲੈ ਕੇ ਰਣਨੀਤੀ ਜਿਹੜੀ ਹੈ ਉਹ ਤਿਆਰ ਕੀਤੀ ਜਾਏਗੀ। ਫਿਲਹਾਲ ਕੈਪਟਨ ਅਮਰਿੰਦਰ ਸਿੰਘ ਜਿਹੜੇ ਨੇ ਅੰਮ੍ਰਿਤਸਰ ਦੇ ਵਿੱਚ 2 ਵਜੇ ਹਿੰਦੂ ਸਭਾ ਕਾਲਜ ਦੇ ਵਿੱਚ ਪਹੁੰਚਣਗੇ, ਉੱਥੇ ਕਾਰਜਕ੍ਰਮ ਦੇ ਵਿੱਚ ਹਿੱਸਾ ਲੈਣਗੇ। ਜੀ ਰਾਜਨ, ਜਿਸ ਤਰ੍ਹਾਂ ਪਿਛਲੇ ਕੁਝ ਦਿਨਾਂ ਪਹਿਲਾਂ ਦੀ ਗੱਲ ਕਰੀਏ ਤਾਂ ਕੈਪਟਨ ਅਮਰਿੰਦਰ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਉਹਨਾਂ ਨੇ ਵਿਦਿਆਰਥੀਆਂ ਨਾਲ ਇੰਟਰੈਕਸ਼ਨ ਕੀਤੀ ਸੀ, ਔਰ ਅੱਜ ਵੀ ਉਹ ਇੱਥੇ ਹਿੰਦੂ ਕਾਲਜ ਵਿੱਚ ਪਹੁੰਚ ਰਹੇ ਨੇ, ਡਿਗਰੀ ਵੰਡ ਤੋਂ ਬਾਅਦ ਇੰਟਰੈਕਸ਼ਨ ਕਰਨਗੇ। ਤਾਂ ਕਿਤੇ ਨਾ ਕਿਤੇ ਕਹਿ ਸਕਦੇ ਹਾਂ ਕਿ ਕਾਂਗਰਸ ਦੇ ਚੋਣ ਮੁੱਦੇ ਦੇ ਵਿੱਚ ਇਹ ਸ਼ਾਮਿਲ ਹੈ, ਵਿਦਿਆਰਥੀਆਂ ਨਾਲ, ਯੂਥ ਨਾਲ ਜੁੜਨਾ।
जी बिल्कुल, यूथ दे नाल जुड़न वास्ते हर एक पार्टी जड़ी है वो इस तरह के प्रोग्राम कर रही है। पहलो श्रोमणी अकाली दल के जो प्रधान ने सुखबीर सिंह बादल, उन्होंने भी करीब एक साल पहले गुरु नानक देव यूनीवर्सिटी के एक स्टूडेंट्स के नाल इंटरैक्शन की थी और पंजाब सरकार की सारिया उपलब्धियां स्टूडेंट्स को दसिया। इस तो अलावा जो गल करिए आम आदमी पार्टी, आम आदमी पार्टी भी स्टूडेंट्स से ही टारगेट कर रही है। हालांकि अमृतसर के गुरु नानक देव यूनीवर्सिटी और खालसा कॉलेज यूनीवर्सिटी के उन्होंने इंटरैक्शन करने का मौका नहीं मिला, इस दौरान हंगामा भी होया। और कांग्रेस पार्टी के प्रधान ने कैप्टन अमरिंदर सिंह कई जगह चंडीगढ़ के भी स्टूडेंट्स के नाल इंटरैक्शन कर रहे हैं। हर पार्टी पंजाब की वो चाहती है कि यूथ को आकर्षित किया जाए, क्योंकि यूथ को मनिया जा रहा माहिरां वालों के इस बार की जो चोणा ने, इस बार के नतीजे ने विधानसभा के, उन्होंने यूथ ने जो स्थिति साफ करेंगे, यूथ को वोट को बहुत अहम मनिया जा रहा। राजन बहुत बहुत धन्यवाद फिलहाल जानकारी देने के लिए। अगे वधांगे, खडूर साहिब की चोण जंग का फतवा अकाली दल के हक में आते ही वार पलटवार का सिलसिला होर तेज हो गया। अकाली बीजेपी इस लोक राज की जित दस रहे हैं, तो कांग्रेस के आप के मुताबिक इकले दौड़न वाला कदे भी फस्ट नहीं आता। खडूर साहिब जिमनी चोण का नतीजा आते ही नवे दावे इल्जाम की सियासत तेज हो गई है। दावे किए जा रहे हैं मैदान फतेह करने वाली हाकम धिर वालों। पार्टी आगुआ मुताबिक विरोधियों को खडूर साहब को इग्नोर करने का जवाब मिला तो जित का यह सिलसिला 2017 तक चलता रहेगा, तो कांग्रेस मुताबिक ये बिना मुकाबले की जित है। कांग्रेस से आम आदमी पार्टी ने बॉयकॉट किया कि सोचते सी कि लोग बॉयकॉट करेंगे, पर उस इलाके की जनता ने उन्होंने बॉयकॉट करता। आई आई रिजल्ट है जो 2017 चुने, क्योंकि जनता ने कम देखे, डिवेलपमेंट देखिए, चारों तरफ साडा कल्ला मुद्दा डिवेलपमेंट है। हार जीत तो उत्थे हुंदी है जिथे इलैक्शन होवे, आ इलैक्शन ही है नहीं सीगा। बेशर्मी धारण कर रखी है अकाली बीजेपी सरकार ने, हुण तां अकाली भी संघ मनण, बीजेपी भी संघ मंगण मनण लग गई, इन्हां तो पल्ला छुड़ाउण वास्ते कोशिश कर रही है। चोण प्रचार दौरान दूर रहने वाले बीजेपी आगू भी जित नूं कैश करन दे नाल नाल विरोधियों नूं नसीहतां दे रहे हैं। उधर आप भी हाकम धिर नूं नसीहत दे रही है कि खडूर साहब की जित नूं 2017 की जित नाल ना जोड़न, जनता उन्हां नूं जल्दी जवाब देवी। हिस्टोरिक मैंडेट दिता है, जिन्हें सानूं पिछली बार वोटां पईआं सी उन्हां तों सानूं मार्जिन दिता है। दूसरा, कांग्रेस पार्टी के MLA जिस मुद्दे के उपर रिजाइन करके गए सी, उन्होंने डायरैक्ट अटैक जिहड़ा हैगा अकाली दल भाजपा सरकार से लगाया सी कि बेअदबी के मुद्दे के उपर ये लोग ढिले ने, ये रिजोल्व नहीं कर रहे या ये रिस्पोंसिबल ने। मैं दोबारा कहना, मैं धन्यवादी हाँ खडूर साहब के लोगों का जिन्होंने उस मुद्दे को तो के वोटों के राही कांग्रेस और आम आदमी पार्टी दसता कि अकाली भाजपा सरकार ये वास्ते दोषी नहीं है और इमानदारी सॉल्व करने वास्ते कोशिश कर रही है। अखाड़े दे विच इको पहलवान सी, वह थापियां मारी जांदा सी पट्टां दे उत्ते, उन्हें ही जितना सी क्योंकि होर तो कोई सी नहीं उहदे मुकाबले दे विच। ते जे उह कहे भी मेरी जित नूं हुण बहुत वड्डी जित है, इहदा पता नहीं पंजाब दे उत्ते पॉलिटिक्स ते की असर होएगा, तो मेरे ख्याल पहलवान दे कोले दिमाग दी भी कमी है, नाल दी नाल पार्टी कोले भी इस गल दी सोच दी कमी है। जे पार्टी ये सोचती है कि लोग साहिब श्री गुरु ग्रंथ साहिब दी बेअदबी भुल गए है, जे अकाली पार्टी ये सोचती है, ते जे अकाली पार्टी ये सोचती है कि 2017 दीआं इलैक्शनां दा मैंडेट है कपूरथला, ये खडूर साहिब दा इलैक्शन, तो मैं लगता है कि पोलीटल बैंकरपसी जी है वो अकाली दल सैटन हो चुकी है। खडूर साहब की इस जित के की मायने ने, हाकम धिर इस 2017 की जित के रूप देख रही है, तो विरोधी खाली मैदान होने करके इस जित नहीं मानते, पर जो भी है जनता ने जो फतवा दिता है सियासी पार्टियां उस अगे सिर चुकाना चाहिए। जगतार भुल्लर, जी मीडिया, चंडीगढ़। लुधियाणा विच कांग्रेस दे दो दिना दलित सम्मेलन दे आखरी दिन कांग्रेस ने वादियां दी झड़ी ला दित्ती। सम्मेलन विच पहुंचे नेतावां ने 2017 चोणां दे लई कांग्रेस दे मैनीफेस्टो दी एक झलक पेश कीती। शकील अहमद, अंबिका सोनी, सुनील जाखड़ अते चरणजीत चन्नी वर्गे नेता लुधियाणा विच जुटे। मौका सी कांग्रेस दे दलित सम्मेलन दे दूजे दिन दा। ਭਾਵੇਂ ਕਿ ਦੂਜੇ ਦਿਨ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨਦਾਰਦ ਰਹੇ, ਪਰ ਬਾਕੀ ਲੀਡਰਸ਼ਿਪ ਨੇ ਦਲਿਤਾਂ ਦੇ ਲਈ ਵੱਡੇ ਵੱਡੇ ਵਾਅਦਿਆਂ ਦੀ ਝੜੀ ਲਾ ਦਿੱਤੀ, ਜਿਨ੍ਹਾਂ ਵਿੱਚ ਦਲਿਤਾਂ ਨੂੰ ਨੌਕਰੀ, ਫ੍ਰੀ ਸਿੱਖਿਆ, ਫ੍ਰੀ ਬਿਜਲੀ, ਮਕਾਨ ਅਤੇ 2000 ਰੁਪਏ ਪੈਨਸ਼ਨ ਦੇਣ ਦਾ ਵਾਅਦਾ ਕੀਤਾ ਗਿਆ। ਕਾਂਗਰਸ ਪਾਰਟੀ ਨੇ ਅੱਜ ਇਹ ਫੈਸਲਾ ਕੀਤਾ ਕਿ ਅਗਰ ਕਾਂਗਰਸ ਪਾਰਟੀ ਸਰਕਾਰ ਚਾਹੁੰਦੀ ਹੈ ਤਾਂ ਹਰ ਗਰੀਬ ਦੇ 30 ਨੌਜਵਾਨ ਮੁੰਡੇ ਨੂੰ ਨੌਕਰੀ ਹੈ ਜਿਹੜੀ ਉਹ ਦਿੱਤੀ ਜਾਏ। ਸੋ ਐਸੀ ਜਿਹੜੀ ਐਜੂਕੇਸ਼ਨ ਹੈ, ਸਿੱਖਿਆ ਹੈ, ਉਹ ਗਰੀਬ ਨੂੰ ਤੇ ਅਮੀਰ ਨੂੰ ਬਰਾਬਰ ਦੀ ਤੇ ਕੁਆਲਿਟੀ ਐਜੂਕੇਸ਼ਨ ਦੇਣੀ ਹੈ। 5 ਮਰਲੇ ਦਾ ਪਲਾਟ, ਇਕੁਅਲ ਐਜੂਕੇਸ਼ਨ, ਇਹੋ ਜਿਹੜੇ ਮੁੱਦੇ, ਇੰਪਲੀਮੈਂਟੇਸ਼ਨ ਆਫ ਅਮੈਂਡਮੈਂਟ ਨੰਬਰ 85, ਸਫਾਈ ਕਰਮਚਾਰੀਆਂ ਦਾ
ਕੰਟਰੈਕਟ ਲੇਬਰ ਦੇ ਆਧਾਰ ਤੇ ਜਿਸ ਤਰ੍ਹਾਂ ਅਪਾਇੰਟ ਕਰਦੇ ਨੇ ਉਹ ਬਿਲਕੁਲ ਐਕਸੈਪਟੇਬਲ ਨਹੀਂ ਹੈ। ਦਲਿਤ ਸੰਮੇਲਨ ਵਿੱਚ ਸੀਨੀਅਰ ਲੀਡਰ ਸੁਨੀਲ ਜਾਖੜ ਨੇ ਸ਼੍ਰੋਮਣੀ ਅਕਾਲੀ ਦਲ ਤੇ ਦਲਿਤਾਂ ਦੀ ਅਣਦੇਖੀ ਦਾ ਇਲਜ਼ਾਮ ਲਾਇਆ। ਉਹ ਜਿਹੜੇ ਸ਼ਰਧਾਲੂ ਸੀਗੇ ਜਿਹੜੇ ਸਿਰਫ ਪਾਵਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਉਹ ਮੁਲਜ਼ਮਾਂ ਨੂੰ ਫੜਨਾ ਚਾਹੁੰਦੇ ਸੀਗੇ ਉਹਨਾਂ ਨੂੰ ਜੋ ਸ਼ਹੀਦ ਕੀਤਾ ਗਿਆ। ਪੰਜਾਬ ਵਿੱਚ ਵਿਧਾਨ ਸਭਾ ਚੋਣਾਂ ਦੇ ਲਈ ਅਜੇ 1 ਸਾਲ ਬਾਕੀ ਹੈ ਪਰ ਹੁਣੇ ਤੋਂ ਪਾਰਟੀਆਂ ਜਨਤਾ ਦੇ ਵਿਚਾਲੇ ਆਪਣੇ ਮੈਨੀਫੈਸਟੋ ਦਾ ਜ਼ਿਕਰ ਕਰਨ ਲੱਗੀਆਂ ਨੇ। ਨਵੀਨ ਸ਼ਰਮਾ, ਜ਼ੀ ਮੀਡੀਆ, ਲੁਧਿਆਣਾ। ਰੁਕ ਕਰਦੇ ਹਾਂ ਕੁਝ ਹੋਰ ਖਬਰਾਂ ਦਾ। 25 ਫਰਵਰੀ ਨੂੰ ਕੇਂਦਰੀ ਰੇਲ ਬਜਟ ਪੇਸ਼ ਹੋਣ ਵਾਲਾ ਹੈ ਜਿਸ ਵਿੱਚ ਹਿਮਾਚਲ ਪ੍ਰਦੇਸ਼ ਨੂੰ ਵੀ ਕਾਫੀ ਉਮੀਦਾਂ ਨੇ। ਸਿਆਸਤਦਾਨਾਂ ਤੋਂ ਲੈ ਕੇ ਆਮ ਜਨਤਾ ਤੱਕ ਦੀਆਂ ਨਿਗਾਹਾਂ ਇਸ ਗੱਲ ਤੇ ਟਿਕੀਆਂ ਨੇ ਕਿ ਕੀ ਪ੍ਰਭੂ ਦੀ ਰੇਲ ਇਸ ਵਾਰ ਦੇ ਬਜਟ ਵਿੱਚ ਹਿਮਾਚਲ ਦੇ ਵਿਕਾਸ ਦੀ ਪਟੜੀ ਬਣ ਕੇ ਦੌੜ ਸਕੇਗੀ। ਕੇਂਦਰੀ ਰੇਲ ਮੰਤਰੀ ਸੁਰੇਸ਼ ਪ੍ਰਭੂ ਤੀਸਰੀ ਵਾਰ ਰੇਲ ਬਜਟ ਪੇਸ਼ ਕਰਨ ਜਾ ਰਹੇ ਨੇ। ਸਾਲ 2016-17 ਦੇ ਇਸ ਰੇਲ ਬਜਟ ਨਾਲ ਹਿਮਾਚਲ ਪ੍ਰਦੇਸ਼ ਨੂੰ ਵੀ ਕਾਫੀ ਉਮੀਦਾਂ ਨੇ। ਸਰਕਾਰ ਭਾਵੇਂ ਕਿਸੇ ਦੀ ਵੀ ਰਹੀ ਹੋਵੇ, ਹਰ ਸਰਕਾਰ ਨੇ ਕੇਂਦਰ ਨੂੰ ਹਿਮਾਚਲ ਪ੍ਰਦੇਸ਼ ਵਿੱਚ ਰੇਲ ਵਿਸਤਾਰ ਦੀ ਗੁਹਾਰ ਲਾਈ ਹੈ। ਪਰ ਇਹ ਮੰਦਭਾਗਾ ਹੀ ਹੈ ਕਿ ਆਜ਼ਾਦੀ ਤੋਂ ਬਾਅਦ ਹੁਣ ਤੱਕ ਹਿਮਾਚਲ ਵਿੱਚ ਕੇਵਲ 48 ਕਿਲੋਮੀਟਰ ਲੰਬੀ ਰੇਲ ਲਾਈਨ ਦਾ ਹੀ ਵਿਸਤਾਰ ਹੋਇਆ। ਇੱਕ ਵਾਰ ਫੇਰ ਪ੍ਰਭੂ ਦੀ ਰੇਲ ਤੋਂ ਹਿਮਾਚਲ ਦੀ ਸਰਕਾਰ ਤੇ ਇੱਥੋਂ ਦੀ ਜਨਤਾ ਨੂੰ ਕਾਫੀ ਉਮੀਦਾਂ ਨੇ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਭਾਨੂਪਲੀ ਬਿਲਾਸਪੁਰ ਰੇਲ ਲਾਈਨ ਦਾ ਲੇਹ ਤੱਕ ਨਿਰਮਾਣ ਹੋਵੇ, ਕਿਉਂਕਿ ਭਾਨੂਪਲੀ ਬਿਲਾਸਪੁਰ ਰੇਲ ਲਿੰਕ ਹਰ ਪੱਖੋਂ ਮਹੱਤਵਪੂਰਨ ਹੈ। ਬਿਲਾਸਪੁਰ ਰੇਲ ਲਾਈਨ ਮੰਡੀ ਮਨਾਲੀ ਤੋਂ ਲੇਹ ਤੱਕ ਹੋਵੇ। ਚੀਨ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਸਰਹੱਦਾਂ ਦੀ ਰੱਖਿਆ ਤੇ ਯੁੱਧ ਦੀ ਸਥਿਤੀ ਵਿੱਚ ਸੈਨਿਕਾਂ ਨੂੰ ਹਥਿਆਰ ਤੇ ਰਸਦ ਪਹੁੰਚਾਉਣ ਵਿੱਚ ਭਾਨੂਪਲੀ ਬਿਲਾਸਪੁਰ ਰੇਲ ਮਾਰਗ ਵਰਦਾਨ ਸਾਬਿਤ ਹੋਵੇਗਾ। ਸੁਰੱਖਿਆ ਤੋਂ ਇਲਾਵਾ ਇਹ ਮਾਰਗ ਸੈਰ ਸਪਾਟਾ ਦੇ ਲਿਹਾਜ਼ ਨਾਲ ਵੀ ਕਾਰਗਰ ਸਾਬਿਤ ਹੋ ਸਕਦਾ ਹੈ। ਇਸ ਤੋਂ ਇਲਾਵਾ ਕਈ ਹੋਰ ਅਧੂਰੇ ਮਾਰਗਾਂ ਦਾ ਵੀ ਇਸ ਵਾਰ ਦੇ ਬਜਟ ਵਿੱਚ ਪੂਰਾ ਹੋਣ ਦੀ ਉਮੀਦ ਬਚੀ ਹੋਈ ਹੈ। ਸ਼ਿਮਲਾ ਕਾਲਕਾ ਰੇਲ ਲਾਈਨ ਦਾ ਵਿਸਥਾਰ, ਹਮੀਰਪੁਰ ਰੇਲ ਲਾਈਨ ਦਾ ਸਰਵੇ ਤੇ ਵਿਕਾਸ, ਨੰਗਲ ਊਨਾ ਤਲਵਾੜਾ ਰੇਲ ਲਾਈਨ ਦੇ ਲਈ ਬਜਟ ਦੀ ਵੰਡ, ਅੰਦੌਰਾ ਤੱਕ ਰੇਲ ਲਾਈਨ ਦਾ ਬਿਜਲੀਕਰਨ, ਅੰਬ ਵਿੱਚ ਰੇਲ ਦੀ ਸਫਾਈ ਦੀ ਸੁਵਿਧਾ, ਨੰਗਲ ਤੱਕ ਆਉਣ ਵਾਲੀਆਂ ਸਾਰੀਆਂ ਰੇਲ ਸੇਵਾਵਾਂ ਨੂੰ ਊਨਾ ਨਾਲ ਜੋੜਨਾ, ਨੰਗਲ ਤਲਵਾੜਾ ਰੇਲ ਲਾਈਨ ਦੇ ਨਿਰਮਾਣ ਵਿੱਚ ਤੇਜ਼ੀ ਆਵੇ, ਪਠਾਨਕੋਟ ਆਉਣ ਵਾਲੇ ਧੌਲਾਧਾਰ ਐਕਸਪ੍ਰੈਸ ਦੀ ਗਿਣਤੀ ਵਧਾਈ ਜਾਵੇ, ਪਠਾਨਕੋਟ ਜੋਗਿੰਦਰ ਨਗਰ ਰੇਲ ਲਾਈਨ ਨੂੰ ਮੰਡੀ ਤੱਕ ਵਧਾਇਆ ਜਾਵੇ। ਹਿਮਾਚਲ ਬੀਜੇਪੀ ਨੂੰ ਉਮੀਦ ਹੈ ਕਿ ਇਸ ਰੇਲ ਬਜਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਿਮਾਚਲ ਦੀਆਂ ਸਰਹੱਦਾਂ ਵਿੱਚ ਰੇਲ ਵਿਸਤਾਰ ਦੇ ਲਈ ਬਜਟ ਦੀ ਤਜਵੀਜ਼ ਜ਼ਰੂਰ ਕਰਨਗੇ। ਹਿਮਾਚਲ ਕੋ ਰੇਲ ਕੇ ਨੈਟਵਰਕ ਕੇ ਸਾਥ ਜੋੜਨਾ ਬਹੁਤ ਹੀ ਆਵਸ਼ਕ ਹੈ ਔਰ ਭਾਰਤੀ ਜਨਤਾ ਪਾਰਟੀ ਕੀ ਸਰਕਾਰ ਆਨੇ ਕੇ ਪਸ਼ਚਾਤ ਮਾਨਯ ਨਰਿੰਦਰ ਮੋਦੀ ਜੀ ਕੀ ਸਰਕਾਰ ਨੇ ਪਿਛਲੇ ਸਾਲ 350 ਕਰੋੜ ਰੁਪਿਆ ਰੇਲ ਸੇਵਾਓ ਕੇ ਵਿਸਤਾਰ ਕੇ ਲਈ ਦਿਆ ਹੈ ਔਰ ਹਮੇ ਉਮੀਦ ਹੈ ਕਿ ਔਰ ਇਸਸੇ ਅਧਿਕ ਇਸ ਬਜਟ ਮੇ ਦਿਆ ਜਾਏਗਾ। ਉਧਰ ਖੱਬੇ ਪੱਖੀਆਂ ਨੂੰ ਵੀ ਲੱਗਦਾ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਉਦਯੋਗਿਕ ਵਿਕਾਸ ਦੇ ਲਈ ਰੇਲ ਦਾ ਵਿਸਤਾਰ ਜ਼ਰੂਰੀ ਹੈ। ਰੇਲ ਲਿਖੀ ਹੈ ਜੋ ਪਹਾੜ ਕੇ ਅੰਦਰ ਸੇ ਰੇਲ ਲੇ ਗਏ ਹੈ ਤੋ ਟੈਕਨੋਲੋਜੀ ਹੈ ਤੋ ਵੋ ਟੈਕਨੋਲੋਜੀ ਟ੍ਰਾਂਸਲੇਟ ਕਰਨੀ ਚਾਹੀਏ। ਕਿਉਂ? ਕਿਉਂਕਿ ਵੋ ਅਗਰ ਆਪ ਪੈਸੇ ਕੇ ਮੁਨਾਫੇ ਸੇ ਵੀ ਦੇਖੇਂਗੇ ਤੋ ਹਿਮਾਚਲ ਬਹੁਤ ਵਾਇਬਲ ਹੈ। ਸੇਬ 4000 ਕਰੋੜ ਸੇ ਜ਼ਿਆਦਾ ਪ੍ਰੋਡਕਸ਼ਨ ਹੈ ਵੋ ਟ੍ਰਾਂਸਫਰ ਹੋ ਜਾਏਗਾ, ਸਾਥ ਮੇਂ ਆਪਕਾ ਸੀਮੈਂਟ ਪ੍ਰੋਡਕਸ਼ਨ ਯਹਾਂ ਬਹੁਤ ਜ਼ਿਆਦਾ ਹੈ ਜੋ ਅਗਲੇ 100-200 ਸਾਲ ਤੱਕ ਸੀਮੈਂਟ ਆਪ ਪ੍ਰੋਡਿਊਸ ਕਰੇਂਗੇ ਉਸਸੇ ਯੇ ਵਾਇਬਲ ਹੋ ਸਕਤਾ ਹੈ। ਸਰਦੀ ਹੋਵੇ ਜਾਂ ਗਰਮੀ, ਦੇਵਭੂਮੀ ਹਿਮਾਚਲ ਸੈਲਾਨੀਆਂ ਲਈ ਸੈਰ ਸਪਾਟੇ ਦਾ ਸਕੂਨ ਭਰਿਆ ਕੇਂਦਰ ਹੈ। ਇੱਥੇ ਦੁਨੀਆ ਭਰ ਤੋਂ ਸੈਲਾਨੀ ਆਉਂਦੇ ਨੇ। ਅਜਿਹੇ ਵਿੱਚ ਹਿਮਾਚਲ ਪ੍ਰਦੇਸ਼ ਨੂੰ ਇੱਕ ਵਾਰ ਫਿਰ ਰੇਲ ਮੰਤਰੀ ਸੁਰੇਸ਼ ਪ੍ਰਭੂ ਤੋਂ ਢੇਰ ਸਾਰੀਆਂ ਉਮੀਦਾਂ ਨੇ। ਮੋਹਿਤ ਪ੍ਰੇਮ ਸ਼ਰਮਾ, ਜ਼ੀ ਮੀਡੀਆ, ਸ਼ਿਮਲਾ। ਰੁਕ ਕਰਾਂਗੇ ਹੁਣ ਸਾਡੇ ਅੱਜ ਦੇ ਮਿਸ਼ਨ ਦਾ। ਮੌਜੂਦਾ ਸਮੇਂ ਵਿੱਚ ਸੜਕਾਂ ਤੇ ਵਾਹਨਾਂ ਦੀ ਵੱਧ ਰਹੀ ਗਿਣਤੀ ਚਿੰਤਾ ਦਾ ਵਿਸ਼ਾ ਹੈ ਤੇ ਸੜਕ ਤੇ ਸੁਰੱਖਿਆ ਇੱਕ ਵੱਡੀ ਚੁਣੌਤੀ ਬਣ ਗਈ ਹੈ। ਇਸ ਮਸਿਆ ਤੇ ਵਿਆਪਕ ਚਰਚਾ ਹੋਣੀ ਚਾਹੀਦੀ ਹੈ। ਇਸ ਦੇ ਮੱਦੇਨਜ਼ਰ ਸਾਡੀ ਮੁਹਿੰਮ ਹੈ ਮਿਸ਼ਨ ਰੋਡ ਸੇਫਟੀ। ਮਿਸ਼ਨ ਦੇ ਤਹਿਤ ਸ਼ਹਿਰ ਲੁਧਿਆਣਾ ਦੀ ਗੱਲ ਕਰੀਏ ਤਾਂ ਇੱਥੋਂ ਦੀਆਂ ਸੜਕਾਂ ਕਈਆਂ ਦੀ ਜ਼ਿੰਦਗੀ ਨੂੰ ਨਿਗਲ ਚੁੱਕੀਆਂ ਨੇ। ਇੱਕ ਪਰਿਵਾਰ ਨਾਲ ਤੁਹਾਨੂੰ ਮਿਲਾਉਂਦੇ ਹਾਂ ਜੋ ਟ੍ਰੈਫਿਕ ਸਿਸਟਮ ਤੋਂ ਬੇਹੱਦ ਖਫਾ ਹੈ। ਮਾਂ ਦੀ ਅੱਖਾਂ 'ਚ ਅੱਥਰੂ, ਦਿਲ 'ਚ ਦਰਦ ਤੇ ਹੱਥਾਂ 'ਚ ਇਹ ਤਸਵੀਰਾਂ ਅਤੇ ਗੁੱਸਾ ਵਿਗੜਦੇ ਹੋਏ ਟ੍ਰੈਫਿਕ ਸਿਸਟਮ ਦੇ ਖਿਲਾਫ ਜਿਸ ਇਸ ਪਰਿਵਾਰ ਤੋਂ 15 ਸਾਲ ਦੀ ਧੀ ਖੋਹ ਲਈ। ਇਹ ਲੁਧਿਆਣਾ ਦੇ ਬਿਰਜ ਲਾਲ ਦਾ ਪਰਿਵਾਰ ਸਾਲ 2014
बेटी एंडरसन जो स्कूल तो घर वापस परत रही सी ता तेज रफ्तार गड्डी दी चपेट च आ गई। परिवार पुलिस से मुलजम खिलाफ कार्रवाई ना करन दा इल्जाम लगा रही है। पुलिस ने FIR जरूर दर्ज की लेकिन कार्रवाई कोई नहीं। इवन प्रेशराइज करने के बाद में, कमिश्नर से मिलने के बाद में, SP से मिलने के बाद में उनको पार्टी को एक बार बुलाया गया, मुड़ के उसके बाद कुछ कह रहे, कोई कार्रवाई नहीं। पुलिस कार्रवाई नहीं करती, पुलिस तो खुद चाहती है कि समझौता हो जाए, उनका काम खत्म हो जाए, उनको काम ना करना पड़े। लुधियाना दे सड़की हादसे दे आंकड़े भी बेहद चौंकाने वाले ने। साल 2014 च 475 सड़क हादसे हुए जिस 305 मौतां ते 271 लोग जख्मी हुए। साल 2015 च 545 सड़क हादसे च 334 मौतां हुईयां ते 323 लोग जख्मी हुए। पंजाब स्टेट रोड सेफ्टी कौंसल सड़की हादसे की वजह ट्रैफिक नु ना कंट्रोल करना मानता है ता ट्रैफिक पुलिस लोकां नु नसीहत दे रही है। जे मैं ट्रैफिक पुलिस की गल करा तो सिर्फ कॉस्मेटिक इन्फोर्समेंट हो रही है। कई जगह ते आ भी सुनन नु आया कि नींबू मिर्ची इन्फोर्समेंट हो रही है, कोई कम उस तरीके दा नहीं हो पा रहे। मेरी रिक्वेस्ट है लोकां नु भी कल्ली पुलिस ते ना छड्डो, ट्रैफिक पुलिस की कर रही है। लोकां नु ये सोचना चाहिए भी असी की कर रहे हैं, असी रेड लाइट जंप कर रहे हैं, असी सीट बेल्ट लाई है, असी हेलमेट पाई है। सिर्फ ये ना हो भी मैं चंडीगढ़ वड़दे सानू डरन वाली सब कुछ याद आता, असी उन्हें जिम्मेवारी तौर पर समझिए। लोगों का जागरूक होना, ट्रैफिक नियमों की पालना करना बेहद जरूरी, पर ट्रैफिक पुलिस को भी अपनी जिम्मेवारी समझनी चाहिए है। मिशन ऑन ट्रैफिक के लुधियाना की एक असं ऐसी तस्वीर दिखावे जिते तुम देख सकते हो कि यह सब तो व्यस्त चौंक है लुधियाना का जगराओं ब्रिज, और चारों तरफ जड़िया सड़क ने यह जलंधर बाईपास जड़ा इतों की सड़क आती है और दिल्ली रोड भी इतों जाती है, और सब तो जड़ा ट्रैफिक इतने सब तो ज़्यादा होंगी है। पर तुम देख सकते हो कि कोई भी कर्मचारी इतने ट्रैफिक का नहीं मौजूद है। तुम देख सकते हो किवें किन्नी ट्रैफिक है लुधियाना शहर के, और ट्रैफिक नियमों की किवें पोल खुल रही है, एक भी ट्रैफिक मुलाजम इतने मौजूद नहीं है। नवीन शर्मा, जी मीडिया, लुधियाना। सो मिशन रोड सेफ्टी का साडा मकसद यही है कि लोग जागरूक होण ते प्रशासन जागे। फिलहाल बुलेटिन दे विच खबरां इत्थे मुकदियां ने, इजाजत दिओ, धन्नवाद।